ਨਸ਼ਾ ਵੇਚ ਵੇਚ ਕੇ ਤਸਕਰ ਜੀ ਰਿਹਾ ਸੀ ਆਲੀਸ਼ਾਨ ਜ਼ਿੰਦਗੀ। 6 ਕਾਰਾਂ ਸਮੇਤ ਨਸ਼ਾ ਵੇਚ ਖਰੀਦੀ ਬੈਠਾ ਸੀ ਟਰੱਕ। ਪੁਲਿਸ ਨੇ ਮੌਕੇ ਤੋਂ ਬਰਾਮਦ ਕੀਤੀ ਕਰੋੜਾਂ ਦੀ ਨਕਦੀ। ਤਸਕਰ ਦੀ 1,34,00,000 ਰੁਪਏ ਦੀ ਜਾਇਦਾਦ ਹੋਈ ਬਰਾਮਦ। ਦੱਸ ਦਈਏ ਪੰਜਾਬ ਦੇ ਨੌਜਵਾਨ ਨਸ਼ਾ ਕਰਕੇ ਆਪਣੀ ਜ਼ਿੰਦਗੀ ਖਤਮ ਕਰਦੇ ਹੋਏ ਨਜ਼ਰ ਆਉਂਦੇ ਨੇ, ਤਾਂ ਉੱਥੇ ਹੀ ਇਹ ਤਸਕਰ ਨੌਜਵਾਨਾਂ ਨੂੰ ਨਸ਼ਾ ਵੇਚ ਕੇ ਖੁਦ ਆਲੀਸ਼ਾਨ ਜ਼ਿੰਦਗੀ ਜੀ ਰਹੇ ਨੇ। ਤਾਂ ਵੇਖੋ ਕਿਵੇਂ ਇਹ ਤਸਕਰ ਨਸ਼ਾ ਵੇਚ ਵੇਚ ਕੇ ਕਰੋੜਾਂ ਦੀ ਜਾਇਦਾਦ ਬਣਾਈ ਬੈਠਾ ਸੀ। ਤਾਂ ਦੱਸ ਦਈਏ ਕਿ ਇਸ ਦੇ ਵੱਲੋਂ 6 ਗੱਡੀਆਂ ਤੇ 1 ਟਰੱਕ ਇਹ ਰੱਖੀ ਬੈਠਾ ਸੀ। ਤਾਂ ਇਸ ਦੇ ਵੱਲੋਂ ਨਸ਼ਾ ਵੇਚ ਕੇ ਇਹ ਸਾਰੀ ਜਾਇਦਾਦ ਬਣਾਈ ਗਈ ਸੀ। ਤਾਂ ਪੁਲਿਸ ਦੇ ਵੱਲੋਂ ਹੁਣ ਵੱਡੀ ਕਾਰਵਾਈ ਕੀਤੀ ਗਈ, ਜਿੱਥੇ ਇਸਦੇ ਘਰੋਂ 6 ਗੱਡੀਆਂ ਸਮੇਤ 1 ਟਰੱਕ ਵੀ ਹੈ ਜਿਹੜਾ ਉਹ ਬਰਾਮਦ ਕਰ ਲਿਆ। ਤਾਂ ਮੌਕੇ ਤੇ ਪੁਲਿਸ ਨੂੰ ਕਰੋੜਾਂ ਦੀ ਨਕਦੀ ਵੀ ਬਰਾਮਦ ਹੁੰਦੀ ਹੈ ਤੇ ਇਸ ਤਸਕਰ ਦੀ ਸਾਰੀ ਜਾਇਦਾਦ ਹੈ ਜਿਹੜੀ ਉਹ ਜ਼ਬਤ ਕਰ ਲਈ ਜਾਂਦੀ ਹੈ। ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਦੇ ਵੱਲੋਂ ਹੁਣ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਤਾਂ ਹੁਣ ਇਹਨਾਂ ਦੇ ਵੱਲੋਂ ਇੱਕ ਹੋਰ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ, ਜਿੱਥੇ ਘਰ ਦੇ ਵਿੱਚ ਉਸਦੇ 6 ਗੱਡੀਆਂ ਅਤੇ 1 ਟਰੱਕ ਬਰਾਮਦ ਕੀਤਾ ਗਿਆ, ਜਦਕਿ ਮੌਕੇ ਤੋਂ 1 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਤਾਂ ਨਸ਼ਾ ਵੇਚ ਵੇਚ ਕੇ ਇਸਦੇ ਵੱਲੋਂ ਇਹ ਸਾਰੀ ਜਾਇਦਾਦ ਹੈ ਜਿਹੜੀ ਉਹ ਬਣਾਈ ਗਈ ਸੀ। ਤਾਂ ਹੁਣ ਪੁਲਿਸ ਜਿਹੜੀ ਤਸਕਰਾਂ ਦੇ ਖਿਲਾਫ ਸਖਤੀ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਜਾਇਦਾਦਾਂ ਉਹਨਾਂ ਨੂੰ ਜ਼ਬਤ ਕਰਦੀ ਹੋਈ ਨਜ਼ਰ ਆ ਰਹੀ ਹੈ। ਜਿਹੜੇ ਇਹ ਸਮਗਲਰਸ ਨੇ NDPS ਐਕਟ ਦੇ ਅਧੀਨ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੀ, ਇਹਨਾਂ ਦੇ 6 ਗੱਡੀਆਂ 1 ਟਰੱਕ ਤੇ ਪਲੱਸ 1,05,00,000 ਦੇ ਕਰੀਬ ਜਿਹੜਾ ਕੈਸ਼ ਹੈ, ਇਹ ਸਾਰੇ ਐਸੈਟਸ ਨੂੰ ਅੱਜ ਫਰੀਜ਼ ਕੀਤਾ ਗਿਆ। 68F NDPS ਐਕਟ ਦੇ ਅੰਡਰ ਇਹ ਆਰਡਰ ਕੱਢੇ ਗਏ ਨੇ ਇਹਨਾਂ ਵੱਲੋਂ ਤੇ ਇਹ ਟੋਟਲ ਇਸ ਪੂਰੀ ਐਸੈਟ ਦੀ ਵੈਲਿਊਏਸ਼ਨ 1,34,28,300 ਦੇ ਕਰੀਬ ਬਣਦੀ ਹੈ ਤੇ ਇਸ ਐਸੈਟ ਨੂੰ ਅੱਜ ਫਰੀਜ਼ ਕੀਤਾ ਗਿਆ। ਤੇ ਮੈਂ ਤੁਹਾਡੇ ਥਰੂ ਪੂਰੇ ਸਮਾਜ ਵਿੱਚ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿੰਨੇ ਇਹ NDPS ਦੇ ਸਮਗਲਰਸ ਨੇ ਉਹਨਾਂ ਨੂੰ ਇਹ ਇੱਕ ਸਾਡੇ ਵੱਲੋਂ ਬੜੀ ਸਟਰੋਂਗ ਕਾਰਵਾਈ ਕੀਤੀ ਗਈ ਹੈ ਤੇ ਇਹਦੇ ਥਰੂ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਵੀ ਜੇ ਉਹਨਾਂ ਦੇ ਆਸ ਪਾਸ ਕੋਈ ਇੱਦਾਂ ਦੀ ਇਲੀਸਿਟ ਡਰੱਗ ਟ੍ਰੈਫਿਕਿੰਗ ਹੁੰਦੀ ਹੈ ਤਾਂ ਪੁਲਿਸ ਨਾਲ ਮਿਲ ਕੇ ਕੰਮ ਕਰਿਆ ਜਾਵੇ ਤੇ ਅਸੀਂ ਇਹਨਾਂ ਦੇ ਜੋ ਇਹ ਕਾਲੇ ਧੰਦੇ ਨੂੰ ਪੂਰੇ ਤਰੀਕੇ ਨਾਲ ਠੱਲ ਪਾ ਸਕੀਏ। ਥੈਂਕ ਯੂ ਸਰ। ਇਹ ਮੁਹਿੰਮ ਅੱਗੇ ਵੀ ਇੱਦਾਂ ਚੱਲਦੀ ਰਹੂਗੀ ਜੀ? ਹਾਂਜੀ ਬਿਲਕੁਲ, ਇਹ ਮੁਹਿੰਮ ਜਿਹੜੀ ਹੈਗੀ ਹੈ ਪੁਲਿਸ ਪੰਜਾਬ ਪੁਲਿਸ ਦੀ ਇੱਕ ਹਾਈ ਪ੍ਰਾਇਓਰਟੀ ਏਰੀਆ ਜਿਹਦੇ ਵਿੱਚ ਅਸੀਂ ਇਨਫੈਕਟ ਸਾਰੇ ਕੇਸਿਸ ਨੂੰ ਦੁਬਾਰਾ ਰਿਵਿਊ ਕਰਕੇ ਜਿੰਨੀਆਂ ਵੀ ਪ੍ਰੋਪਰਟੀ ਵੱਧ ਤੋਂ ਵੱਧ ਫਰੀਜ਼ ਹੋ ਸਕਦੀਆਂ ਨੇ, ਜਿਵੇਂ ਇਸ ਮੁਕੱਦਮੇ ਦੇ ਵਿੱਚ ਅਸੀਂ 6 ਗੱਡੀਆਂ ਅਤੇ 1 ਟਰੱਕ ਫਰੀਜ਼ ਕੀਤਾ, ਹੋਰ ਵੀ ਜੇ ਇਸ ਮੁਕੱਦਮੇ ਦੇ ਵਿੱਚ ਸਾਨੂੰ ਕੋਈ ਇੱਦਾਂ ਦੀ ਰਿਕਵਰੀ ਹੁੰਦੀ ਹੈ, ਕਿਉਂਕਿ ਮੁਕੱਦਮਾ ਅੰਡਰ ਇਨਵੈਸਟੀਗੇਸ਼ਨ, ਜੇ ਇੱਦਾਂ ਦੀ ਕੋਈ ਰਿਕਵਰੀ ਹੁੰਦੀ ਹੈ ਉਹ ਵੀ ਅਸੀਂ ਲਿਆ ਕੇ ਫਰੀਜ਼ ਕੀਤਾ ਜਾਊਗਾ। ਨਸ਼ਾ ਵੇਚ ਵੇਚ ਕੇ ਤਸਕਰ ਜੀ ਰਿਹਾ ਸੀ ਆਲੀਸ਼ਾਨ ਜ਼ਿੰਦਗੀ। 6 ਕਾਰਾਂ ਸਮੇਤ ਨਸ਼ਾ ਵੇਚ ਖਰੀਦੀ ਬੈਠਾ ਸੀ ਟਰੱਕ। ਪੁਲਿਸ ਨੇ ਮੌਕੇ ਤੋਂ ਬਰਾਮਦ ਕੀਤੀ ਕਰੋੜਾਂ ਦੀ ਨਕਦੀ। ਤਸਕਰ ਦੀ 1,34,00,000 ਰੁਪਏ ਦੀ ਜਾਇਦਾਦ ਹੋਈ ਬਰਾਮਦ। ਤਾਂ ਦੱਸ ਦਈਏ ਪੰਜਾਬ ਦੇ ਨੌਜਵਾਨ ਨਸ਼ਾ ਕਰਕੇ ਆਪਣੀ ਜ਼ਿੰਦਗੀ ਖਤਮ ਕਰਦੇ ਹੋਏ ਨਜ਼ਰ ਆਉਂਦੇ ਨੇ, ਤਾਂ ਉੱਥੇ ਹੀ ਇਹ ਤਸਕਰ ਨੌਜਵਾਨਾਂ ਨੂੰ ਨਸ਼ਾ ਵੇਚ ਕੇ ਖੁਦ ਆਲੀਸ਼ਾਨ ਜ਼ਿੰਦਗੀ ਜੀ ਰਹੇ ਨੇ। ਤਾਂ ਵੇਖੋ ਕਿਵੇਂ ਇਹ ਤਸਕਰ ਨਸ਼ਾ ਵੇਚ ਵੇਚ ਕੇ ਕਰੋੜਾਂ ਦੀ ਜਾਇਦਾਦ ਬਣਾਈ ਬੈਠਾ ਸੀ। ਤਾਂ ਦੱਸ ਦਈਏ ਕਿ ਇਸਦੇ ਵੱਲੋਂ 6 ਗੱਡੀਆਂ ਅਤੇ 1 ਟਰੱਕ ਇਹ ਰੱਖੀ ਬੈਠਾ ਸੀ। ਤਾਂ ਇਸਦੇ ਵੱਲੋਂ
ਨਸ਼ਾ ਵੇਚ ਕੇ ਇਹ ਸਾਰੀ ਜਾਇਦਾਦ ਬਣਾਈ ਗਈ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਵੱਡੀ ਕਾਰਵਾਈ ਕੀਤੀ ਗਈ ਜਿੱਥੇ ਇਸ ਦੇ ਘਰੋਂ 6 ਗੱਡੀਆਂ ਸਮੇਤ ਇੱਕ ਟਰੱਕ ਵੀ ਹੈ ਜਿਹੜਾ ਉਹ ਬਰਾਮਦ ਕਰ ਲਿਆ ਤਾਂ ਮੌਕੇ ਤੇ ਪੁਲਿਸ ਨੂੰ ਕਰੋੜਾਂ ਦੀ ਨਕਦੀ ਵੀ ਬਰਾਮਦ ਹੁੰਦੀ ਹੈ ਤੇ ਇਸ ਤਸਕਰ ਦੀ ਸਾਰੀ ਜਾਇਦਾਦ ਹੈ ਜਿਹੜੀ ਉਹ ਜ਼ਬਤ ਕਰ ਲਈ ਜਾਂਦੀ ਹੈ। ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਦੇ ਵੱਲੋਂ ਹੁਣ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਹੁਣ ਇਹਨਾਂ ਦੇ ਵੱਲੋਂ ਇੱਕ ਹੋਰ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਜਿੱਥੇ ਘਰ ਦੇ ਵਿੱਚ ਉਸਦੇ 6 ਗੱਡੀਆਂ ਅਤੇ ਇੱਕ ਟਰੱਕ ਬਰਾਮਦ ਕੀਤਾ ਗਿਆ ਜਦਕਿ ਮੌਕੇ ਤੋਂ 1 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਤਾਂ ਨਸ਼ਾ ਵੇਚ ਵੇਚ ਕੇ ਇਸਦੇ ਵੱਲੋਂ ਇਹ ਸਾਰੀ ਜਾਇਦਾਦ ਹੈ ਜਿਹੜੀ ਉਹ ਬਣਾਈ ਗਈ ਸੀ ਤਾਂ ਹੁਣ ਪੁਲਿਸ ਜਿਹੜੀ ਤਸਕਰਾਂ ਦੇ ਖਿਲਾਫ ਸਖਤੀ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਜਾਇਦਾਦਾਂ ਉਹਨਾਂ ਨੂੰ ਜ਼ਬਤ ਕਰਦੀ ਹੋਈ ਨਜ਼ਰ ਆ ਰਹੀ ਹੈ। ਜਿਹੜੇ ਇਹ ਸਮਗਲਰਸ ਨੇ NDPS ਐਕਟ ਦੇ ਅਧੀਨ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੀ, ਇਹਨਾਂ ਦੇ 6 ਗੱਡੀਆਂ, 1 ਟਰੱਕ ਤੇ ਪਲੱਸ 1.5 ਕਰੋੜ ਦੇ ਕਰੀਬ ਜਿਹੜਾ ਕੈਸ਼ ਹੈ ਇਹ ਸਾਰੇ ਐਸੈਟਸ ਨੂੰ ਅੱਜ ਫਰੀਜ਼ ਕੀਤਾ ਗਿਆ। 68F NDPS ਐਕਟ ਦੇ ਅੰਡਰ ਇਹ ਆਰਡਰ ਕੱਢੇ ਗਏ ਨੇ ਇਹਨਾਂ ਵੱਲੋਂ ਤੇ ਇਹ ਟੋਟਲ ਇਸ ਪੂਰੀ ਐਸੈਟ ਦੀ ਵੈਲਿਊਏਸ਼ਨ 1,34,28,300 ਦੇ ਕਰੀਬ ਬਣਦੀ ਹੈ ਤੇ ਇਸ ਐਸੈਟ ਨੂੰ ਅੱਜ ਫਰੀਜ਼ ਕੀਤਾ ਗਿਆ। ਤੇ ਮੈਂ ਤੁਹਾਡੇ ਥਰੂ ਪੂਰੇ ਸਮਾਜ ਵਿੱਚ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿੰਨੇ ਇਹ NDPS ਦੇ ਸਮਗਲਰਸ ਨੇ ਉਹਨਾਂ ਨੂੰ ਇਹ ਇੱਕ ਸਾਡੇ ਵੱਲੋਂ ਬੜੀ ਸਟਰੋਂਗ ਕਾਰਵਾਈ ਕੀਤੀ ਗਈ ਹੈ ਤੇ ਇਹਦੇ ਥਰੂ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਵੀ ਜੇ ਉਹਨਾਂ ਦੇ ਆਸ ਪਾਸ ਕੋਈ ਇੱਦਾਂ ਦੀ ਇਲੀਸਿਟ ਡਰੱਗ ਟ੍ਰੈਫਿਕਿੰਗ ਹੁੰਦੀ ਹੈ ਤਾਂ ਪੁਲਿਸ ਨਾਲ ਮਿਲ ਕੇ ਕੰਮ ਕਰਿਆ ਜਾਵੇ ਤੇ ਅਸੀਂ ਇਹਨਾਂ ਦੇ ਜੋ ਇਹ ਕਾਲੇ ਧੰਦੇ ਨੂੰ ਪੂਰੇ ਤਰੀਕੇ ਨਾਲ ਠੱਲ ਪਾ ਸਕੀਏ। ਥੈਂਕ ਯੂ ਸਰ। ਇਹ ਮੁਹਿੰਮ ਅੱਗੇ ਵੀ ਇੱਦਾਂ ਚੱਲਦੀ ਰਹੂਗੀ ਜੀ? ਹਾਂਜੀ ਬਿਲਕੁਲ, ਇਹ ਮੁਹਿੰਮ ਜਿਹੜੀ ਹੈਗੀ ਹੈ ਪੁਲਿਸ, ਪੰਜਾਬ ਪੁਲਿਸ ਦੀ ਇੱਕ ਹਾਈ ਪ੍ਰਾਇਓਰਟੀ ਏਰੀਆ ਜਿਹਦੇ ਵਿੱਚ ਅਸੀਂ ਇਨਫੈਕਟ ਸਾਰੇ ਕੇਸਿਸ ਨੂੰ ਦੁਬਾਰਾ ਰਿਵਿਊ ਕਰਕੇ ਜਿੰਨੀਆਂ ਵੀ ਪ੍ਰੋਪਰਟੀ ਵੱਧ ਤੋਂ ਵੱਧ ਫਰੀਜ਼ ਹੋ ਸਕਦੀਆਂ ਨੇ, ਜਿਵੇਂ ਇਸ ਮੁਕੱਦਮੇ ਦੇ ਵਿੱਚ ਅਸੀਂ 6 ਗੱਡੀਆਂ ਅਤੇ 1 ਟਰੱਕ ਫਰੀਜ਼ ਕੀਤਾ, ਹੋਰ ਵੀ ਜੇ ਇਸ ਮੁਕੱਦਮੇ ਦੇ ਵਿੱਚ ਸਾਨੂੰ ਕੋਈ ਇੱਦਾਂ ਦੀ ਰਿਕਵਰੀ ਹੁੰਦੀ ਹੈ, ਕਿਉਂਕਿ ਮੁਕੱਦਮਾ ਅੰਡਰ ਇਨਵੈਸਟੀਗੇਸ਼ਨ, ਜੇ ਇੱਦਾਂ ਦੀ ਕੋਈ ਰਿਕਵਰੀ ਹੁੰਦੀ ਹੈ ਉਹ ਵੀ ਅਸੀਂ ਲਿਆ ਕੇ ਫਰੀਜ਼ ਕੀਤਾ ਜਾਊਗਾ।